ਸ਼ਰਾਬ ਜਿਹੜੀ ਆ ਉਹ ਖਰੀਦੀ ਜ਼ਰੂਰ ਹੈ। 1600 ਰੁਪਏ ਦੀ ਦੇਗ ਅਤੇ ਨਾਲ ਇੱਥੇ ਫਿਰ ਜਿਹੜਾ ਖਿਮਾ ਜਾਜਾ ਵੀ ਕਰਨਾ ਤੈਨੂੰ ਮਨਜ਼ੂਰ ਹੈ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਡੋਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੰਡੋਕ ਨੂੰ 3 ਦਿਨਾਂ ਲਈ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਬਰਤਨ ਧੋਣ, ਝਾੜੂ ਲਾਉਣ ਅਤੇ ਗੁਰਬਾਣੀ ਕੀਰਤਨ ਸੁਣਨ ਦੀ ਸਜ਼ਾ ਸੁਣਾਈ ਗਈ ਹੈ। ਚੰਡੋਕ ਖਿਲਾਫ਼ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਬੀਤੇ ਦਿਨੀ ਪਹੁੰਚੀ ਸੀ, ਜਿਸ ਨੂੰ ਲੈ ਕੇ ਚੰਡੋਕ ਬੀਤੇ ਦਿਨ 5 ਸਿੰਘ ਸਾਹਿਬਾਨਾਂ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਉੱਥੇ ਉਹਨਾਂ ਵੱਲੋਂ ਸਭ ਦੇ ਸਾਹਮਣੇ ਆਪਣੀ ਗਲਤੀ ਸਵੀਕਾਰ ਕੀਤੀ ਗਈ, ਜਿਸ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ 'ਚ ਕਿਹਾ ਕਿ ਮੈਂ ਸ਼ਰਾਬ ਜਿਹੜੀ ਹੈ ਉਹ ਖਰੀਦੀ ਜ਼ਰੂਰ ਹੈ, ਇਸ ਲਈ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਪਿਆਰੇ ਸਾਹਿਬਾਨ ਵੱਲੋਂ ਤਨਖਾਹ ਲਾਈ ਜਾਂਦੀ ਹੈ, ਕਿਉਂਕਿ ਇੱਕ ਜ਼ਿੰਮੇਵਾਰ ਅਹੁਦੇ 'ਤੇ ਦਿੱਲੀ ਦੇ ਵਿੱਚ ਇੱਕ ਪ੍ਰਤਿਸ਼ਠਿਤ ਸਿੱਖ ਵਜੋਂ ਜਾਣੇ ਜਾਂਦੇ ਹੋ। ਸ਼ਰਾਬ ਖਰੀਦਣਾ ਵੀ ਜਿਹੜਾ ਹੈ ਗੁਰਸਿੱਖ ਵਾਸਤੇ ਠੇਕੇ ਤੋਂ ਬੜਾ ਮੰਦ ਭਾਗ ਹੈ। ਸਾਹਿਬ ਤੁਸੀਂ ਝਾੜੂ ਮਾਰਨ ਦੀ ਸੇਵਾ ਜਿਹੜੀ ਆ ਉਹ ਨਿਭਾਉਣੀ ਹੈ ਅਤੇ 3 ਦਿਨ ਹੀ ਬੰਗਲਾ ਸਾਹਿਬ ਅਤੇ 3 ਦਿਨ ਹੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 1 ਘੰਟਾ ਚਾਹ ਪੂਰੀ ਹੋ ਜੇ, ਉਸ ਤੋਂ ਬਾਅਦ ਆਰੰਭ ਕਰਵਾਉਣਾ ਅਤੇ ਸਮਾਪਤੀ ਉਪਰੰਤ 1600 ਰੁਪਏ ਦੀ ਦੇਗ ਅਤੇ ਨਾਲ ਇੱਥੇ ਫਿਰ ਜਿਹੜਾ ਖਿਮਾ ਜਾਜਾ ਦੀ ਅਰਦਾਸ ਹੈ, ਤੈਨੂੰ ਮਨਜ਼ੂਰ ਹੈ? ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਚੰਡੋਕ ਨੂੰ ਧਾਰਮਿਕ ਸਜ਼ਾ ਦੇ ਤੌਰ ਤੇ 3 ਦਿਨ ਲਈ ਬਰਤਨ ਧੋਣ, ਝਾੜੂ ਲਾਉਣ ਅਤੇ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਸਜ਼ਾ ਸੁਣਾਈ ਗਈ ਹੈ। ਚੰਡੋਕ ਆਪਣੀ ਇਹ ਸਜ਼ਾ ਦਿੱਲੀ ਦੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਅਤੇ ਸ੍ਰੀ ਬੰਗਲਾ ਸਾਹਿਬ ਵਿਖੇ ਨਿਭਾਉਣਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਪਰਮਜੀਤ ਸਿੰਘ ਚੰਡੋਕ, ਜਿਹਦੇ ਬਾਰੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਉਹ ਸ਼ਰਾਬ ਦੇ ਠੇਕੇ ਤੋਂ ਇੱਕ ਬੋਤਲ ਜਿਹੜੀ ਹੈ ਖਰੀਦ ਰਿਹਾ, ਅਤੇ ਸ਼ਿਕਾਇਤਾਂ ਵੀ ਇਹਦੇ ਬਾਰੇ ਅਕਾਲ ਤਖ਼ਤ ਸਾਹਿਬ 'ਤੇ ਆਈਆਂ ਸੀ। ਅੱਜ ਇਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਗਿਆ ਸੀ ਸਪਸ਼ਟੀਕਰਨ ਦੇਣ ਵਾਸਤੇ, ਅਤੇ ਇਹਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਮੈਂ ਸ਼ਰਾਬ ਦੀ ਬੋਤਲ ਜਿਹੜੀ ਹੈ ਖਰੀਦੀ ਹੈ, ਕਿਸੇ ਵਾਸਤੇ ਖਰੀਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਇਹਨੇ ਇਹ ਵੀ ਕਿਹਾ ਕਿ ਮੈਂ ਸ਼ਰਾਬ ਪੀਤੀ ਨਹੀਂ ਹੈ, ਅਤੇ ਇਹਨੂੰ 5 ਸਿੰਘ ਸਾਹਿਬਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 3 ਦਿਨ ਗੁਰਦੁਆਰਾ ਬੰਗਲਾ ਸਾਹਿਬ, 3 ਦਿਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬਰਤਨ ਮਾਂਜਣ, ਜੋੜੇ ਝਾੜਨ, ਕੀਰਤਨ ਸੁਣਨ ਦੀ ਸੇਵਾ ਲਈ ਹੈ। ਉਸ ਤੋਂ ਬਾਅਦ ਇਹ ਸ੍ਰੀ ਅਖੰਡ ਪਾਠ ਸਾਹਿਬ ਕਰਵਾਏਗਾ ਬੰਗਲਾ ਸਾਹਿਬ ਵਿਖੇ, ਅਤੇ ਫਿਰ ਅਕਾਲ ਤਖ਼ਤ ਸਾਹਿਬ 'ਤੇ 5000 ਰੁਪਏ ਦੀ ਦੇਗ ਕਰਾ ਕੇ ਖਿਮਾ ਜਾਚਣਾ ਵਾਸਤੇ ਅਰਦਾਸ ਕਰੇ। ਉੱਧਰ ਜਦੋਂ ਇਸ ਸੰਬੰਧੀ ਪਰਮਜੀਤ ਸਿੰਘ ਚੰਡੋਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਉਹ ਸਿਰਫ ਠੇਕੇ ਤੋਂ ਬੀਅਰ ਦੀ ਬੋਤਲ ਲੈ ਕੇ ਆਏ ਸੀ, ਪਰ ਉਹਨਾਂ ਵੱਲੋਂ ਉਸ ਦਾ ਸੇਵਨ ਨਹੀਂ ਕੀਤਾ ਗਿਆ। ਦਾਸ ਪੇਸ਼ ਹੋਇਆ ਹੈ, ਮੇਰੇ 'ਤੇ ਜੋ ਇਲਜ਼ਾਮ ਲਗਾਇਆ ਗਿਆ ਸੀ ਕਿ ਮੈਂ ਬੀਅਰ ਦਾ ਸੇਵਨ ਕੀਤਾ ਹੈ, ਮੈਂ ਬੀਅਰ ਦਾ ਸੇਵਨ ਨਹੀਂ ਕੀਤਾ। ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾ ਕੇ ਕਹਿੰਦਾ ਹਾਂ ਕਿ ਮੈਂ ਇਹ ਦੋਸ਼ ਨਹੀਂ ਕੀਤਾ, ਮੈਂ ਬੀਅਰ ਨਹੀਂ ਪੀਤੀ ਹੈਗੀ। ਅਸਲ ਵਿੱਚ ਕੁਝ ਸਮਾਂ ਪਹਿਲਾਂ ਪਰਮਜੀਤ ਸਿੰਘ ਚੰਡੋਕ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਠੇਕੇ ਤੋਂ ਬੀਅਰ ਦਾ ਕੈਨ ਖਰੀਦਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਵਿੱਚ ਬੈਠ ਕੇ ਜਾਂਦੇ ਵੀ ਦਿਖਾਈ ਦਿੱਤੇ।
ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਪਹੁੰਚੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਹੁਣ ਚੰਡੋਕ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।